ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ ਸਾਰੇ ਜਣੇ? ਠੀਕ ਠਾਕ? ਵਧੀਆ, ਅਤੇ ਅਸੀਂ ਵੀ ਵਧੀਆ ਠੀਕ ਠਾਕ। ਹੋਰ ਦੱਸਿਓ ਜੀ, ਕਮੈਂਟ ਕਰਕੇ ਕਿੰਨਾ ਕਿੰਨਾ ਦੇ। ਕੱਲ੍ਹ ਬਹੁਤ ਮੀਂਹ ਪਿਆ, ਸਾਡੇ ਤਾਂ ਇੰਨਾ ਜ਼ਿਆਦਾ ਮੀਂਹ ਪਿਆ ਨਾ, ਹੱਦ ਹੀ ਹੋ ਗਈ। ਹਨੇਰੀ ਵੀ ਇੰਨੀ ਜਿੱਦਾਂ ਤੂਫਾਨ ਜਿਹਾ ਨਹੀਂ ਹੁੰਦਾ ਇੱਦਾਂ ਹੀ, ਅਤੇ ਬਹੁਤ ਮੀਂਹ ਬਹੁਤ। ਕੱਲ੍ਹ ਹੀ ਕੰਮ ਖਰਾਬ ਹੋਇਆ ਪਿਆ ਸੀ, ਅਤੇ ਅੱਜ ਇੰਨੀ ਠੰਡ ਸੀ ਨਾ, ਅਤੇ ਹੁਣ ਤਾਂ ਫਿਰ ਵੀ ਥੋੜ੍ਹੀ ਥੋੜ੍ਹੀ ਧੁੱਪ ਨਿਕਲ ਗਈ। ਜਦੋਂ ਮੈਂ ਸਵੇਰੇ ਉੱਠੀ 6-6:30 ਵਜੇ, ਉਦੋਂ ਇੰਨੀ ਜ਼ਿਆਦਾ ਧੁੰਦ, ਬੁਰੇ ਹਾਲ ਹੋਏ ਸੀ ਪਏ ਸੀ। ਅਤੇ ਹੁਣ ਤਾਂ ਮੌਸਮ ਕੁਛ ਠੀਕ ਹੋ ਗਿਆ, ਵਧੀਆ ਹੋ ਗਿਆ ਆ, ਪਰ ਠੰਡ ਬਹੁਤ ਆ ਬਾਹਰ। ਅਤੇ ਮੈਂ ਹੁਣ ਇਹ ਘਰ ਦਾ ਕੰਮ ਸਾਰਾ ਕਰਕੇ ਫ੍ਰੀ ਹੋਈ ਸੀ, 10 ਵੱਜ ਗਏ ਸੀ, ਅਤੇ ਮੈਂ ਅੱਗੇ ਪੋਸਟ ਪਾਈ ਸੀ ਅੱਜ ਸਾਡੀ ਆ ਮੈਰਿਜ ਐਨਵਰਸਰੀ, ਅਤੇ ਅੱਜ ਬਾਬਾ ਜੀ ਦੀ ਕਿਰਪਾ ਨਾਲ 13 ਸਾਲ ਲੰਘ ਗਿਆ। ਵਧੀਆ ਵਧੀਆ, ਅਤੇ ਚਲੋ ਬਾਬਾ ਜੀ ਮਿਹਰ ਰੱਖਣ, ਅੱਗੇ ਵੀ ਇੱਦਾਂ ਹੀ ਲੰਘ ਜੇ ਟਾਈਮ ਹੌਲੀ ਹੌਲੀ। ਅਤੇ ਅੱਜ ਮੇਰੇ ਲਾਗੇ ਆਸ ਪਾਸ ਕੋਈ ਵੀ ਨਹੀਂ ਆ ਤਰਨ ਗਏ ਕੰਮ 'ਤੇ, ਅਤੇ ਗੁਰਸਾਹਿਬ ਸੌਂ ਗਿਆ ਆ, ਉਹਨਾਂ ਨੂੰ ਵਾਲਿਆ ਸੀ ਕਿਉਂਕਿ ਆ ਉਹ ਵੀ ਮੇਰੇ ਨਾਲ ਸਵੇਰੇ ਟਾਈਮ ਨਾਲ ਹੀ ਉੱਠ ਗਿਆ ਸੀ, ਅਤੇ ਗੁਰਸ਼ਾਨ ਚੱਲ ਗਿਆ ਸਕੂਲ, ਅਤੇ ਮੈਂ ਹੁਣ ਫ੍ਰੀ ਹੋਈ ਸੀ। ਅਤੇ ਕਈਆਂ ਨੇ ਬਹੁਤ ਕਮੈਂਟ ਕੀਤੇ ਕਿ ਤੁਸੀਂ ਆਪਣਾ ਹੋਮ ਟੂਰ ਕਰਵਾਇਓ, ਵੈਸੇ ਤਾਂ ਮੈਂ ਕਰਵਾ ਦਿੱਤਾ ਸੀ ਪਹਿਲਾਂ ਹੀ, ਮਤਲਬ ਕਿ ਇੱਕ ਸ਼ਾਇਦ 2 ਵਾਰੀ ਅੱਗੇ ਵੀ ਤੁਹਾਨੂੰ ਵਿਖਾ ਦਿੱਤਾ ਸੀ, ਘਰ ਤਾਂ ਉਹੀ ਆ, ਅਤੇ ਪਰ ਫਿਰ ਵੀ ਤੁਹਾਨੂੰ ਮੈਂ ਮਾੜੀ ਮਾੜੀ ਨਾਲ ਇਹ ਝਲਕ ਦਿਖਾ ਦਿੰਦੀ ਹਾਂ। ਅਤੇ ਸਾਹਿਬ ਅੰਦਰ ਸੁੱਤਾ ਸੀ, ਮੈਂ ਤਾਂ ਨਹੀਂ ਸੀ ਅੰਦਰ ਗਈ, ਅਤੇ ਮੈਂ ਕਿਹਾ ਫਟਾਫਟ ਜਿਸ ਤਰ੍ਹਾਂ ਦੀ ਸਫਾਈ ਹੁੰਦੀ ਪਹਿਲਾਂ ਕਰ ਲਓ, ਕਿਉਂਕਿ ਕੱਲ੍ਹ ਵੀ ਬਹੁਤ ਜ਼ਿਆਦਾ ਗੰਦਾ ਜਿਹਾ ਮੌਸਮ ਸੀ, ਅਤੇ ਦਲਿੱਦਰ ਜਿਹਾ ਨਹੀਂ ਜਿੱਦਾਂ ਪੈ ਜਾਂਦਾ ਉੱਦਾਂ ਦਾ ਕੰਮ ਹੋ ਗਿਆ ਸੀ। ਅਤੇ ਹੁਣ ਮੈਂ ਵੈਸੇ ਸਫਾਈ ਤਾਂ ਕਰ ਲਈ ਆ, ਨਿਆਣੇ ਵਾਲੇ ਘਰ 'ਚ ਤੁਹਾਨੂੰ ਪਤਾ ਹੀ ਆ ਸਫਾਈ ਵੀ ਇੱਦਾਂ ਦੀ ਰਹਿੰਦੀ ਆ, ਇੱਧਰੋਂ ਸਫਾਈ ਕਰੀ ਦੀ, ਇੱਧਰੋਂ ਗੁਰਸਾਹਿਬ ਖਲਾਰਾ ਪਾ ਦਿੰਦਾ। ਅਤੇ ਵਾਕਿਆ ਗੁਰਸਾਹਿਬ ਇਨ ਗੁਰਸ਼ਾਨ ਦਾ ਇੱਕ ਆਦਤ ਹੀ, ਅੱਜ ਗੁਰਸ਼ਾਨ ਹੁਣ 8-8.5 ਸਾਲਾਂ ਦਾ ਹੋ ਗਿਆ ਸੁੱਖ ਨਾਲ, ਪਰ ਉਹਨੇ ਅੱਜ ਤੱਕ ਜਿੱਥੋਂ ਤੱਕ ਮੈਨੂੰ ਚੇਤਾ ਆ ਅੱਜ ਤੱਕ ਉਹਨੇ ਕੋਈ ਵੀ ਖਿਡੌਣਾ ਨਹੀਂ ਤੋੜਿਆ, ਕੋਈ ਵੀ ਚੀਜ਼ ਇਹੋ ਜਿਹਾ ਕੰਮ ਨਹੀਂ ਕੀਤਾ। ਪਰ ਗੁਰਸਾਹਿਬ ਨੇ ਬਹੁਤ ਸੋਹਣਾ ਸੀ ਇੱਕ ਖਿਡੌਣਾ ਜਿਹਾ ਸੀ, ਉਹਦੇ ਵਿੱਚ ਛੋਟੇ ਛੋਟੇ ਕਲਿੱਪ ਜਿਹੇ ਐਡ ਹੁੰਦੇ ਸੀ, ਅਤੇ ਉਹਨੂੰ ਉੱਪਰੋਂ ਪ੍ਰੈਸ ਕਰੀਦਾ ਸੀ ਅਤੇ ਉਹ ਸਾਰੇ ਕਲਿੱਪ ਜਿਹੜੇ ਨਾ ਖਿਲਰ ਜਾਂਦੇ ਸੀ, ਘੁੰਮਦਾ ਸੀ। ਅਤੇ ਗੁਰਸਾਹਿਬ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨੂੰ ਚੁੱਕ ਕੇ ਥੱਲੇ ਮਾਰਿਆ, ਸਭ ਤੋੜਤਾ। ਕਿੰਨੇ ਖਿਡੌਣੇ ਆ ਜਿਹੜੇ ਉਹਨੇ ਨਿੱਕੇ 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 ਹੁਣ ਤੱਕ ਤੋੜ ਦਿੱਤੇ ਆ, ਅਜੇ ਕਿ 2 ਮਹੀਨੇ ਉਹ ਇੰਡੀਆ ਰਿਹਾ ਆ। ਅਤੇ ਜੇ ਕਿਤੇ ਇੱਥੇ ਹੁੰਦਾ ਤਾਂ ਫਿਰ ਉਹਨੇ, ਮੈਨੂੰ ਲੱਗਦਾ ਵਾ ਕਿ ਅਸੀਂ ਅਜੇ ਤੱਕ ਇਹਨੂੰ ਸਾਹਿਬ ਨੂੰ ਵੈਸੇ ਬਹੁਤ ਘੱਟ ਖਿਡੌਣੇ ਲੱਗ ਦਿੱਤੇ, ਕਿਉਂਕਿ ਗੁਰਸ਼ਾਨ ਦੇ ਹੈਗੇ ਸੀ, ਅਤੇ ਉਹ ਇੰਨੇ ਕੁ ਜ਼ਿਆਦਾ ਖਿਡੌਣੇ ਤੋੜਦਾ ਨਾ, ਕੋਈ ਚੀਜ਼ ਨਹੀਂ ਰਹਿਣ ਦਿੰਦਾ, ਕਿਉਂਕਿ ਹਰ ਇੱਕ ਚੀਜ਼ ਦੇ ਮਗਰ ਨਾ ਐਕਟਿੰਗ ਜੀ ਕਰਦਾ ਵਾ। ਜੋ ਜੇ ਮੈਂ ਕਹਿ ਦਿੰਦੀ ਹਾਂ ਗੁਰਸ਼ਾਨ ਆ ਜਾਓ, ਉਸੇ ਕਰੀ ਜਾਊਗਾ ਆਓ ਆ ਜਾਓ, ਕੋਈ ਵੀ ਚੀਜ਼ ਆ। ਜੇ ਮੈਂ ਕਹਿ ਦਿੰਦੀ ਇੱਥੇ ਬਹਿ ਜਾਓ, ਮਤਲਬ ਕਿ ਬੈੱਡ ਦੇ ਉੱਤੇ ਹੱਥ ਲਾਓਗੇ ਜਾਂ ਸੋਫੇ ਦੇ ਉੱਤੇ, ਉਸੇ ਟਾਈਮ ਉਹ ਕਰੂਗਾ ਵੀ ਹਾਂ ਬਈ ਇੱਥੇ ਆ ਜਾਓ, ਵੀ ਮੈਂ ਨਹੀਂ ਆਉਣਾ, ਨਾ ਨਾ ਨਾ, ਉਸੇ ਲਈ ਕਰੂਗਾ। ਅਤੇ ਹੁਣ ਤਰਨ ਵੀ ਕੰਮ 'ਤੇ ਗਏ ਸੀ, ਗੁਰਸ਼ਾਨ ਜਦੋਂ ਸਕੂਲ 'ਤੇ ਗਏ ਅਤੇ ਗਿਆ, ਇੰਨਾ ਜ਼ਿਆਦਾ ਰੋਇਆ ਕਿ ਮੈਂ ਨਾਲ ਹੀ ਜਾਣਾ ਬਾਹਰ, ਅਤੇ ਇੰਨੀ ਠੰਡ ਸੀ ਅਤੇ ਮੇਰਾ ਦਿਲ ਨਹੀਂ ਕੀਤਾ ਇਹਨੂੰ ਬਾਹਰ ਖੜਨ ਨੂੰ। ਅਤੇ ਹੁਣ ਸੌਂ ਗਿਆ, ਜਦੋਂ ਉੱਠੂਗਾ ਫਿਰ ਇਹਨੂੰ ਇੱਕ ਗੇੜਾ ਜਿਹਾ ਬਾਹਰ ਲਵਾ ਲਿਆਉਂਗੀ, ਕਿਉਂਕਿ ਅੰਦਰ ਰਹਿ ਰਹਿ ਕੇ ਨਾ ਥੋੜ੍ਹਾ ਉਹ ਹੋਰ ਤਰ੍ਹਾਂ ਦਾ ਹੋ ਗਿਆ ਆ। ਅਤੇ ਹੁਣ ਸੁੱਤਾ ਆ, ਮੈਂ ਚਲੋ ਖੜੀ ਸੌਂਜੇ, ਅਤੇ 10 ਮਿੰਟ ਆਪਾਂ ਵੀ ਬਹਿ ਲਈਏ, ਨਹੀਂ ਤਾਂ ਉੱਦਾਂ ਤਾਂ ਉਹ ਬਹਿਣ ਨਹੀਂ ਦਿੰਦਾ, ਕਿਉਂਕਿ ਇੰਨੀਆਂ ਚੀਜ਼ਾਂ ਕਿਚਨ 'ਚ ਵੀ ਜਾ ਕੇ ਖਿਲਾਰਦਾ। ਗੁਰਸ਼ਾਨ ਨਹੀਂ ਕੋਈ ਵੀ ਕਿਚਨ 'ਚ ਜਾ ਕੇ ਚੀਜ਼ ਖਿਲਾਰਦਾ ਹੁੰਦਾ, ਪਰ ਇਹ ਕਿਚਨ 'ਚ ਕੀ ਅੱਜ ਹੁਣ ਮੇਰੇ ਵੱਲ ਅਲਮਾਰੀ ਦੇ ਵਿੱਚ, ਮਤਲਬ ਕਿ ਮੇਰੇ ਜਿੱਥੇ ਸੂਟ ਵਗੈਰਾ ਪਏ ਆ ਉੱਥੇ ਕਦੀ ਨਹੀਂ ਇਹ ਜਾਂਦਾ ਸੀ, ਪਰ ਅੱਜ ਸਵੇਰੇ ਉੱਥੇ ਵੀ ਜਾ ਕੇ ਨਾ, ਅਤੇ ਮੇਰੇ ਸੂਟ ਕੱਢ ਕੱਢ ਬਾਹਰ ਸੁੱਟ ਤੇ ਇਹਨੇ ਸਾਰੇ, ਹੁਣ ਉਹ ਵੀ ਸੈੱਟ ਕੀਤੇ ਆ। ਪਤਾ ਕੋਈ ਬੈੱਡ ਸ਼ੀਟਾਂ ਨਹੀਂ ਰਹਿ ਦਿੰਦਾ, ਕੋਈ ਖਿਡੌਣਿਆਂ ਨਾਲ ਨਹੀਂ ਖੇਡਣਾ, ਸਿਰਫ ਉਹ ਚੀਜ਼ਾਂ ਨਾਲ ਖੇਡਣਾ ਵਾ ਜਿੱਥੋਂ ਮੈਂ ਇਹਨੂੰ ਕਹਿਣਾ ਵੀ ਨਹੀਂ, ਅਤੇ ਜਾਂ ਉਹ ਡਾਇਨਿੰਗ ਟੇਬਲ ਲੱਗਾ ਵਾ ਸਾਡਾ ਇੱਧਰ ਉੱਥੇ, ਉਹਦੇ ਥੱਲੇ ਇਹਨੇ ਜ਼ਰੂਰ ਜਾਣਾ ਹੀ ਜਾਣਾ, ਕਿਉਂਕਿ ਉਹਦੇ ਥੱਲੇ ਇੱਕ ਸਵਿੱਚ ਬੋਰਡ ਲੱਗਾ ਵਾ, ਅਤੇ ਉਹਦਾ ਸਵਿੱਚ ਜਿਹੜਾ ਨਾ ਏਸੀ ਵਾਲਿਆਂ ਦੇ ਸ਼ੂ ਦਾ ਲੱਗਾ ਵਾ, ਉਹਨੂੰ ਜਾ ਕੇ ਖਿੱਚਦਾ ਆ। ਉਹਦੇ ਅੱਗੇ ਆਪਾਂ ਮਤਲਬ ਕਿ ਕੁਰਸੀਆਂ ਵਗੈਰਾ ਵੀ ਲਾਈਆਂ ਵਾ,
ਅਤੇ ਕੁਰਸੀਆਂ ਦੇ ਥੱਲੇ ਮਤਲਬ ਕਿ ਪੈਰ ਵੀ ਇੱਦਾਂ ਦੇ ਵਿੰਗੇ ਵਿੰਗੇ ਜਿਹੇ ਕਰਕੇ ਆ ਵੀ ਨਾ ਆ ਜਾਊਗਾ, ਪਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਉੱਤੇ ਥੱਲੇ ਵੜ ਜਾਂਦਾ ਜਾ ਕੇ, ਬਿਲਕੁਲ ਨਹੀਂ ਆਖੇ ਲੱਗਦਾ ਬਿਲਕੁਲ ਵੀ ਜਿਹਨੂੰ ਕਹਿ ਦਈਏ। ਪਰ ਗੁਰਸ਼ਾਨ ਨਾਲੋਂ ਜ਼ਿਆਦਾ ਸ਼ਰਾਰਤੀ ਆ, ਜ਼ਿਆਦਾ ਗੱਲਾਂ ਵੀ ਜ਼ਿਆਦਾ ਕਰਦਾ, ਗੁਰਸ਼ਾਨ ਬਹੁਤ ਘੱਟ ਗੱਲ ਕਰਦਾ ਵਾ, ਉਹ ਥੋੜ੍ਹਾ ਸ਼ਾਂਤ ਜਿਹਾ ਰਹਿੰਦਾ, ਪਰ ਇਹ ਇੰਨੀਆਂ ਜ਼ਿਆਦਾ ਹੁਣੇ ਗੱਲਾਂ ਕਰਦਾ ਨਾ ਬਹੁਤ ਹੀ। ਬੈੱਡ ਤੋਂ ਆਪਣੇ ਆਪ ਉਤਰ ਜਾਂਦਾ ਰਾਤ, ਮੇਰੇ ਹਿਸਾਬ ਨਾਲ ਮੈਂ ਇਹਨੂੰ ਜ਼ਬਰਦਸਤੀ 11 ਵਜੇ ਨਾਲ ਇਹਨੂੰ ਸਵਾ ਲਿਆ, ਕਿਉਂਕਿ ਬਸ ਰਾਤ ਹਨੇਰੇ 'ਚ ਹੀ ਤੁਰਿਆ ਫਿਰਦਾ ਮੇਰੇ, ਮੈਂ ਇਹਨੂੰ ਵੱਖਰੇ ਕਮਰੇ 'ਚ ਲਾ ਕੇ ਸੌਂ ਜਾਂਦੀ, ਕਿਉਂਕਿ ਇਹ ਗੁਰਸ਼ਾਨ ਨੂੰ ਸੌਣ ਨਹੀਂ ਦਿੰਦਾ, ਕਿਉਂਕਿ ਉਹਨੇ ਸਵੇਰੇ ਸਕੂਲ ਜਾਣਾ ਹੁੰਦਾ, ਉਹਨੇ ਸਵੇਰੇ 7 ਵਜੇ ਉੱਠਣਾ ਹੁੰਦਾ, ਫਿਰ ਨਿਆਣਾ ਵਾ ਨਿਆਣੇ ਉੱਠਿਆ ਨਹੀਂ ਜਾਂਦਾ, ਇਹਨੇ ਜਾਣਾ ਉਹਦੇ ਵਾਲ ਪੁੱਟੀ ਜਾਣੇ, ਜਾਣਾ ਵਾਲ ਪੁੱਟੇ ਜਾਣੇ, ਉਹਦੇ ਕਦੇ ਰਜਾਈ ਲਾ ਦੇ ਮੂੰਹ ਤੋਂ ਕਦੇ ਕੁਛ ਕਰਦੇ, ਅਤੇ ਹੁਣ ਉਹ ਚੱਲ ਗਿਆ ਵਾ ਸਕੂਲ, ਅਤੇ ਹੁਣ ਅਰਮਾਨ ਹੁਣ ਆਪ ਵੀ ਸੌਂ ਗਿਆ, ਨਹੀਂ ਤਾਂ ਇਹਨੇ ਆਪ ਵੀ ਨਹੀਂ ਸੌਣਾ ਅਤੇ ਉਹਨੂੰ ਨਹੀਂ ਬਹਿਣ ਦੇਣਾ, ਟੀ ਵੀ ਨਹੀਂ ਵੇਖਣ ਦਿੰਦਾ, ਰਿਮੋਟ ਵੀ ਧੱਕੇ ਨਾਲ ਉਹਦੇ ਕੋਲ ਲੈ ਲੈਂਦਾ, ਜ਼ਬਰਦਸਤੀ ਰੋ ਰੋ ਕੇ ਚੀਕਾਂ ਮਾਰ ਮਾਰ ਕੇ। ਅਤੇ ਬਾਕੀ ਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ, ਜਿਨ੍ਹਾਂ ਨੇ ਇੰਨੀਆਂ ਵਿਸ਼ਿਜ਼ ਦਿੱਤੀਆਂ, ਮੈਂ ਪੋਸਟ ਪਾਈ, ਥੈਂਕ ਯੂ।